ਮੈਨੂੰ ਨਹੀਂ ਹਾਈ ਤੱਕ ਕਬੂਤਰਬਾਜ਼ੀ ਦੀ ਸਮਝ ਲੱਗੀ ਇੰਨੀ ਦੇਰ ਹੋ ਗਈ ਯਾਨੀ ਮੈਂ ਗੱਲਾਂ ਸੁਣ ਸੁਣ ਕੇ ਨਾ ਨੈੱਟ ਤੇ ਯੂਟਿਊਬ ਤੇ ਫੇਸਬੁੱਕ ਤੇ ਮੈਂ ਅੱਕ ਗਿਆ ਫਲਾਣੇ ਉਸਤਾਦ ਨੇ ਕਹਿਤਾ ਜੀ ਬਲੱਡ ਉੱਡਦਾ ਫਲਾਣੇ ਉਸਤਾਦ ਅਸਲਾਮੁਅਲੈਕਮ ਜੀ ਅਸਲਾਤ ਵ ਸਲਾਮ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ ਵਾਲਾ ਅਲੈਕਾ ਸਾਹਿਬ ਕਾ ਯਾ ਸੈਯਦੀ ਯਾ ਹਬੀਬ ਅੱਲਾ ਵੈਲਕਮ ਹੋ ਗਿਆ ਜੀ ਪਿਜਨ ਕਾਰਨਰ ਚੈਨਲ 'ਚ ਦੋਸਤੋ ਖੁਸ਼ ਆਮਦੀਦ ਹੋ ਗਿਆ ਦੇਖਿਆ ਨਾ ਫਿਰ ਵੀਡੀਓ ਸਰਕਾਰ ਸ਼ੁਗਲ ਮੇਲੇ ਲਾ ਰਹੇ ਕਬੂਤਰ ਉਡਾ ਰਹੇ ਫੁੱਲ ਭਾਰਾਂ ਦੇ ਨਾਲ ਮਾਸ਼ਾਅੱਲਾ ਦੂਸਰੀ ਦੂਸਰੀ ਫੜੇਗਾ ਕਬੂਤਰ ਚਲੇ ਗਏ ਟਾਈਮ ਨਾਲ ਹੀ ਸ਼ਾਮਾਂ ਠੰਡੇ ਮੌਸਮ ਆ ਨਾ ਹਜੇ ਅਤੇ ਇਨਸ਼ਾਅੱਲਾ ਜੀ ਨਵੇਂ ਕਬੂਤਰ ਵੀ ਮਾਸ਼ਾਅੱਲਾ ਉਡਣ ਲੱਗ ਪਏ ਆ ਹੁਣ ਨਵਾਂ ਕਬੂਤਰ ਫਿਰਨ ਦਿਆ ਵਾ ਮਾਸ਼ਾਅੱਲਾ ਅੱਜ ਦੂਸਰੇ ਦਿਨ ਉੜਾਇਆ ਕਾਲੂ ਕਾਲੂ ਆਪਣਾ ਕਾਲੂ ਤਾਂ ਅੱਗੇ ਹੀ ਆਪਣੇ ਮਸ਼ਹੂਰ ਹੈ ਅਲਹਮਦੁਲਿਲਾ ਅਤੇ ਭਾਈ ਜਾਨ ਮੈਨੂੰ ਦੋਸਤ ਕਹਿੰਦੇ ਸਾਕੀ ਬਾਈ ਕੋ ਰਿਜ਼ਲਟ ਜਿਹਨੇ ਤੇਰੇ ਕੋਲ ਦਿੱਤਾ ਸੀ ਗਰੰਟੀ ਨਹੀਂ ਮੰਗਦੇ ਲੇਕਿਨ ਤੇਰੇ ਕੋਲ ਜਿਹਨੇ ਰਿਜ਼ਲਟ ਜੋੜੇ ਨਹੀਂ ਦਿੱਤਾ ਜੋੜਾ ਸਾਨੂੰ ਦੇ ਦਿਓ ਸਰਕਾਰ ਅੱਜ ਵੱਡਾ ਦਿਲ ਕਰਕੇ ਨਾ ਇੱਕ ਹੋਰ ਟੈਡੀ ਦੋੜਾ ਦਿਖਾਉਣ ਲੱਗਾ ਟੈਡੀ ਕਬੂਤਰ ਆ ਤਾਂ ਸੇਬੇ ਵਾਲੀ ਮਾਦੀ ਆ ਰਿਜ਼ਲਟ ਇੰਤਹਾ ਦਾ ਆਇਆ ਜੀ ਗਰੰਟੀ ਮੈਂ ਨਹੀਂ ਦੇਣੀ ਤੁਹਾਡੇ ਕੋਲ ਜਾ ਕੇ ਮੇਰੇ ਲੋਕ ਗੇਟ ਵੀ ਨਾ ਪਾਵੇ ਅਤੇ ਮੈਂ ਕਬੂਤਰ ਦਿਖਾਉਂ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਇਹਦਾ ਰਿਜ਼ਲਟ ਆਇਆ ਕਿ ਨਹੀਂ ਆਇਆ ਇਹ ਸਰ ਕਬੂਤਰ ਸਲਾਰਾ ਚੈੱਕ ਕਰੋ ਜ਼ਰਾ ਤੁਹਾਨੂੰ ਪਤਾ ਲੱਗੇ ਮਾਸ਼ਾਅੱਲਾ ਮੈਂ ਵੀ ਜੋੜਾ ਦੇ ਦੇਣਾ ਦਿਖਾਉਂਦਿਆਂ ਮੈਂ ਆਹ ਮੈਂ ਇਸ ਤੋਂ ਪਹਿਲੇ ਮੇਰਾ ਖਿਆਲ ਆ ਕਿ ਮੈਂ ਕਦੀ ਕਬੂਤਰ ਨਹੀਂ ਇਹ ਦਿਖਾਇਆ ਹੈਗਾ ਮੈਨੂੰ ਅਲਹਮਦੁਲਿਲਾ ਇੰਨਾ ਪਤਾ ਆਪਣਾ ਕਬੂਤਰ ਕਿਹੜਾ ਮੈਂ ਦਿਖਾਇਆ ਖੇੜਿਆ ਨਹੀਂ ਠੀਕ ਹੈ ਜੀ ਇਹ ਵੀ ਅਗਰ ਮੇਰੇ ਕਿਸੇ ਭਰਾ ਨੂੰ ਪਸੰਦ ਆਇਆ ਨਾ ਤਾਂ ਇਹ ਕਬੂਤਰ ਮੈਂ ਦੇ ਦੇਣਾ ਟੈਡੀ ਓ ਸਲਾਰਾ ਟੈਡੀ ਓ ਪਿਓਰਿਟੀ ਦੇ ਵਿੱਚ ਸਲਾਰਾ ਟੈਡੀ ਓ ਮਾਸ਼ਾਅੱਲਾ ਜਿਨ੍ਹਾਂ ਦੀਆਂ ਬਲੱਡ ਲਾਈਨਾਂ ਲੋਕ ਰੋਕਦੇ ਆ ਜ਼ਰਿਆਂ ਵਾਲੀ ਅੱਖਾਂ ਵਾਲੇ ਇੱਕ ਤਾਂ ਲੋਕ ਉਹ ਬੋਸਕੀ ਅੱਖਾਂ ਵਾਲੇ ਨੂੰ ਸਲਾਰਾ ਕਹਿਣ ਲੱਗ ਪੈਂਦੇ ਆ ਨਾ ਹਰ ਬੰਦੇ ਨੇ ਆਪਣੇ ਆਪਣੇ ਸਲਾਰੇ ਬਣਾਏ ਜਨਾਬ ਕੋ ਕਿਸੇ ਬਲੱਡ ਦਾ ਲੈਂਦਾ ਇਹ ਪਿਓਰ ਕਬੂਤਰੀ ਜ਼ਰਾ ਗੌਰ ਕਰ ਲਿਓ ਇਹਦੀ ਅੱਖ ਦੇ ਜ਼ਰੇ ਚੈੱਕ ਕਰ ਲਿਓ ਮੇਰਾ ਭਾਈ ਇਹ ਚੈੱਕ ਕਰ ਲਓ ਇੱਦਾਂ ਬੱਦਲਾਂ ਵਰਗੀ ਅੱਖ ਦੇ ਵਿੱਚ ਤੁਹਾਨੂੰ ਘੱਟ ਹੀ ਕਬੂਤਰ ਨਜ਼ਰ ਆਉਣਗੇ ਇਨਸ਼ਾਅੱਲਾ ਇਹ ਬਰੀਡ ਮੇਕਰ ਕਬੂਤਰ ਆ ਭਾਈ ਜਾਨ ਬਰੀਡ ਮੇਕਰ ਔਰ ਬੜੀ ਦੇਰ ਹੋ ਗਈ ਆ ਮੈਂ ਕਈ ਵਾਰੀ ਸੋਚਿਆ ਕਿ ਕਬੂਤਰ ਦਵਾਂ ਫੇਰ ਮੈਂ ਕਹਿੰਦੇ ਨਹੀਂ ਯਾਰ ਇੱਕ ਅੱਧਾ ਜੋੜਾ ਸਾਖੀ ਭਾਈ ਰੱਖ ਵੀ ਲੈ ਫੇਰ ਕਹਿੰਦੇ ਚੱਲ ਦੇ ਦਈਏ ਫੇਰ ਕਹਿੰਦੇ ਚੱਲ ਯਾਰ ਰੱਖ ਹੀ ਲੈ ਇਹ ਕਬੂਤਰ ਦੇ ਪੱਲੇ ਦੇਖ ਲਓ ਭਾਈ ਜਾਨ ਇਹ ਕਬੂਤਰ ਬਹੁਤ ਹੀ ਅੱਛਾ ਔਰ ਇਨਸ਼ਾਅੱਲਾ ਬਹੁਤ ਹੀ ਆਲਾ ਜੋੜਾ ਹੋਏਗਾ ਜੀ ਇਹ ਬਾਕੀ ਭਰਾ ਜੀ ਇਹ ਪੱਲਿਆਂ ਤੋਂ ਤੁਸੀਂ ਅੰਦਾਜ਼ਾ ਲੈ ਲੈਣਾ ਕਬੂਤਰ ਬਾਈ ਦਾ ਤੁਹਾਨੂੰ ਇਨਸ਼ਾਅੱਲਾ ਇਹ ਜੋੜਾ ਕਬੂਤਰ ਬਸ ਹੀ ਸਿਖਾਉਣ ਵਾਲਾ ਕਬੂਤਰ ਬਾਜ਼ੀ ਬਣਾਉਣ ਵਾਲਾ ਜੋੜਾ ਹੀ ਉਹ ਮਾਸ਼ਾਅੱਲਾ ਇਹ ਚੈੱਕ ਕਰੋ ਪੱਲੇ ਇਹ ਦੇਖੋ ਹਲਮਦਾ ਇਹਨਾਂ ਪਰਾਂ ਦੇ ਕਰੀਜ਼ ਪਿਆ ਝਾੜੇ ਪਿਆ ਕਬੂਤਰ ਸਾੜੇ ਪਿਆ ਇਹ ਚੈੱਕ ਕਰ ਲਓ ਇੱਕ ਹੀ ਰੱਖ ਲਓ ਸੁਥਰਾ ਰੱਖ ਲਓ ਮੇਰਾ ਇਹ ਮਸ਼ਵਰਾ ਹੋਏਗਾ ਇਸ ਜੋੜੇ ਦੇ ਬਾਰੇ 'ਚ ਇਹ ਚੈੱਕ ਕਰੋ ਪੰਜੇ ਤੁਹਾਨੂੰ ਦੱਸਿਆ ਨਾ ਕੋਈ ਇਸ ਕਬੂਤਰ 'ਚ ਕੋਈ ਕੁਆਲਿਟੀ ਹੈਗੀ ਆ ਕੋਈ ਖਾਸੀਅਤ ਹੈਗੀ ਆ ਤਾਂ ਮੈਂ ਤੁਹਾਨੂੰ ਕਹਿੰਦੇ ਮੈਂ ਅੱਜ ਬੜੀ ਦੇਰ ਬਾਅਦ ਜੋੜਾ ਦਾ ਹਾਇਆ ਵਾ ਅਤੇ ਇਹ ਲਓ ਜੀ ਅਸਲੇ 'ਚ ਬੱਚੇ ਬੁੱਚੇ ਪਾਲ ਕੇ ਕਬੂਤਰ ਵਿਹਲੇ ਹੋਈ ਜਾਂਦੇ ਇਹਨਾਂ ਤੋਂ ਮੈਂ ਦੇਈ ਜਾ ਰਿਹਾ ਜਨਾਬ ਮਾਸ਼ਾਅੱਲਾ ਇਹ ਚੈੱਕ ਕਰ ਲਓ ਕਬੂਤਰ ਇਹ ਇੱਧਰੋਂ ਅੱਖ ਤਸੱਲੀ ਨਾਲ ਦੇਖ ਲਓ ਭਾਈ ਜਾਨ ਇਹ ਕਬੂਤਰ ਨਾ ਦੇਣ ਵਾਲਾ ਕਬੂਤਰ ਆ ਮੈਂ ਤੁਹਾਨੂੰ ਬਾਰ ਬਾਰ ਦੱਸੀ ਜਾ ਰਿਹਾ ਇਹ ਚੈੱਕ ਕਰ ਲਓ ਇਹਦੇ 'ਚੋਂ ਭਾਅ ਜੀ ਟੈਡੀ ਕਬੂਤਰ ਜਿੱਦਾਂ ਦੇ ਮਰਜ਼ੀ ਤੁਸੀਂ ਬਣਾਓ ਜੌਂਸਰੇ ਟੈਡੀ ਕਬੂਤਰ ਬਣਾਓ ਜੋ ਮਰਜ਼ੀ ਬਣਾਓ ਜਿੱਦਾਂ ਮੇਰਾ ਉਹ ਬਣਿਆ ਮਾਸ਼ਾਅੱਲਾ ਪਰਾਂ 'ਚ ਇਹ ਚੈੱਕ ਕਰੋ ਜ਼ਰਾ ਇਹ ਦੇਖੋ ਦੋ ਮੇਨਟੇਨ ਪੰਜੇ ਤੁਸੀਂ ਦੇਖ ਲਿਆ ਖੁਸ਼ਕ ਗਹਿਰੇ ਜਾਮਨੀ ਪੰਜੇ ਜਨਾਬ ਚੈੱਕ ਕਰ ਲਓ ਤੁਹਾਨੂੰ ਮੈਂ ਮਾਦੀ ਵੀ ਇਹਦੇ ਨਾਲ ਦਿਖਾਉਣਾ ਸੇਬੇ ਵਾਲੀ ਮਾਦੀ ਆ ਭਾਅ ਜੀ ਔਰ ਇਹ ਕਬੂਤਰ ਹੀ ਪਹਿਲੇ ਕਬੂਤਰ ਤੁਰਦਾ ਫਿਰਦਾ ਦੇਖੋ ਤੁਹਾਨੂੰ ਮਜ਼ਾ ਆ ਜਾਏਗਾ ਤੁਹਾਨੂੰ ਮਜ਼ਾ ਆ ਜਾਏਗਾ ਇਨਸ਼ਾਅੱਲਾ ਕਬੂਤਰ ਦੇਖ ਕੇ ਇਹ ਲਓ ਜੀ ਇਹ ਲਓ ਸਰ ਬਿਸਮਿਲ੍ਲਾਹਿਰਰਹਿਮ ਚੈੱਕ ਕਰੋ ਕਬੂਤਰ ਮੂਰਤਵਾਜੀ ਕਬੂਤਰ ਮੂਰਤ ਨਾ ਦੇਣ ਵਾਲਾ ਕਬੂਤਰ ਹੀ ਜਿਹੜਾ ਅੱਜ ਮੈਂ ਤੁਹਾਨੂੰ ਕਬੂਤਰ ਦਿਖਾਤਾ ਪਿਓਰ ਟੈਡੀ ਪਿਓਰ ਦੇਖੋ ਮਾਸ਼ਾਅੱਲਾ ਇਹੀ ਕਬੂਤਰ ਹੈ ਨਾ ਜਿਹੜੇ ਸਖੀ ਭੱਟੀ ਸਾਹਿਬ ਕੋਲ ਪੁਰਾਣੇ ਕਬੂਤਰ ਪਏ ਇਹ ਉਹ ਕਬੂਤਰ ਹੈ ਦੇਖੋ ਗਰਦਨ ਦੇਖੋ ਇਹਦੀ ਇਹ ਨਹੀਂ ਲੱਭਦੇ ਇੱਦਾਂ ਦੇ ਕਬੂਤਰ ਨਹੀਂ ਮਾਵਾਂ ਜੰਮਦੀਆਂ ਰੋਜ਼ ਰੋਜ਼ ਕਬੂਤਰ ਤਾਂ ਨਾ ਕੋਈ ਦਿੰਦਾ ਇੱਦਾਂ ਦੇ ਰੋਜ਼ ਰੋਜ਼ ਠੀਕ ਹੈ ਨਾ ਤੁਸੀਂ ਜਾਂਦੇ ਬ੍ਰਾਂਡਾਂ ਨੂੰ ਮੂੰਹ ਕਰਦੇ ਆ ਉੱਚੀ ਦੁਕਾਨ ਫੀਕਾ ਪਕਵਾਨ ਸਰਕਾਰ ਉੱਚੀ ਦੁਕਾਨ ਸਾਡੇ ਵਰਗੇ ਮਜਬੂਰੀ ਦੇ ਹਾਲ ਦੇ ਮਾਰੇ ਕਬੂਤਰ ਜਿਹੜੇ ਦਿੰਦੇ ਉਹ ਚੰਗੇ ਇਹ ਦੇਖੋ ਭਾਅ ਜੀ ਸੇਬੇ ਵਾਲੀ ਕਬੂਤਰੀ ਪਿਓਰਿਟੀ ਦੇ ਵਿੱਚ ਨਾਲ ਲੱਗੀ ਜਨਾਬ ਇਹ ਤਾਂ ਕਬੂਤਰੀ ਮੁਹਤਾਜ ਹੀ ਨਹੀਂ ਗਈ ਕਿਸੇ ਕਬੂਤਰ ਦੀ ਇਹਨੂੰ ਤਾਂ ਭਾਅ ਜੀ ਕਿਸੇ ਇੱਥੋਂ ਰਾਹ ਜਾਂਦੇ ਕਬੂਤਰ ਨਾਲ ਵੀ ਲਾ ਦਿਓ ਅਤੇ ਬੱਚੇ ਉਡਾ ਕੇ ਦੱਸੇ ਕਿ ਭਾਈ ਮੇਰੇ ਵਿੱਚ ਬਲੱਡ ਆ ਜੀ ਨਾ ਸੇਬੇ ਵਾਲੇ ਨਹੀਂ ਇਹ ਸਾਖੀ ਭਾਈ ਵਾਲੇ ਚੀਨੇ ਕਬੂਤਰ ਆ ਜੀ ਠੀਕ ਹੈ ਨਾ ਇਹ ਉਹ ਚੀਨੇ ਕਬੂਤਰ ਸਾਖੀ ਭਾਈ ਵਾਲੇ ਇਹ ਜਿਹੜੇ ਤਸੱਲੀ ਕਰ ਲਓ ਮੇਰਾ ਭਰਾ ਔਰ ਐਡਾ ਕੁ ਅੰਟੀਕ ਔਰ ਆਲਾ ਜੋੜਾ ਬਣ ਗਿਆ ਹੀ ਹੈ ਨਾ ਮੇਰਾ ਭਰਾ ਇਹ ਮੈਂ ਪਹਿਲੀ ਕਾਵਿਸ਼ ਹੋਣੀ ਕਿ ਮੈਂ ਆਪਣੇ ਇੱਕ ਭਰਾ ਨੂੰ ਪੁੱਛਾਂ ਉਹਨੂੰ ਦੇ ਦਈਏ ਅੱਗੇ ਕਹਿੰਦੇ ਸੀ ਸਾਖੀ ਭਾਈ ਕੋਈ ਚੱਜ ਦਾ ਜੋੜਾ ਸਾਨੂੰ ਵੀ ਦੇ ਦਿਓ ਕੱਲ੍ਹ ਅੱਜ ਹੀ ਉਹਨਾਂ ਨੂੰ ਕਬੂਤਰ ਭੇਜੇ ਆ ਤਾਂ ਉਹਨਾਂ ਨੇ ਕਿਹਾ ਸਾਖੀ ਭਾਈ ਔਰ ਮੈਨੂੰ ਜ਼ਿਹਨ 'ਚ ਨਹੀਂ ਸੀ ਇਸ ਜੋੜੇ ਦੇ ਬਾਰੇ 'ਚ ਵੀ ਇਹ ਬੱਚੇ ਪਾਲ ਕੇ ਵਿਹਲਾ ਹੋ ਗਿਆ ਵਾ ਵਰਨਾ ਮੈਂ ਅੱਜ ਹੀ ਦੇ ਦੇਣਾ ਸੀਗਾ ਜੋੜਾ ਭੇਜ ਦੇਣਾ ਸੀ ਨਾਲ ਕਹਿਣਾ ਜੀ ਸਾਖੀ ਭਾਈ ਨੇ ਤੁਹਾਨੂੰ ਇੱਕ ਭੇਜਿਆ ਗਿਫਟ ਪੈਸੇ ਹੁਣ ਤੁਸੀਂ ਜੋੜੇ ਦੀ ਮੁਨਾਸਬਤ ਹਿਸਾਬ ਨਾਲ ਆਪ ਹੀ ਦੇ ਦਿਓ ਠੀਕ ਆ ਜੀ ਇਹ ਗੱਲ ਮੈਂ ਕਰਨੀ ਸੀ ਉਹਨਾਂ ਨੂੰ ਇਹ ਚੈੱਕ ਕਰ ਲਓ ਮਾਸ਼ਾਅੱਲਾ ਮਾਦੀ ਠੀਕ ਆ ਭਾਜੀ ਔਰ ਮੈਂ ਕਸਮ ਨਹੀਂ ਚੱਕਣਾ ਰੋਜ਼ਾ ਵਾ ਰੋਜ਼ੇ ਦੀ ਹਾਲਤ 'ਚ ਹਿਸਾਬ ਲਾਓ ਵੀ ਇਕੱਲੀ ਕਬੂਤਰੀ ਮੈਂ 5000 ਰੁਪਏ ਦੀ ਲਿਆਉਂਦੀ ਸੀਗੀ ਠੀਕ ਆ ਜੀ ਭਾਅ ਜੀ ਮੈਂ ਚੀਨੇ ਕਬੂਤਰ ਲਿਆਉਂਦੇ ਸੀ ਉਹਨਾਂ ਦੇ ਵਿੱਚ ਚੀਨੀ ਮਾਦੀ ਸੀਗੀ ਉਹ ਤਿੰਨ ਚੀਨੇ ਕਬੂਤਰ ਸੀਗੇ ਯਾਨੀ ਕਿ ਦੋ ਮਾਦੀਆਂ ਸੀਗੀਆਂ ਅਤੇ ਇੱਕ ਨਰ ਸੀਗਾ
ਤੇ ਮੈਂ ਤੁਹਾਨੂੰ ਤੁਰਦਾ ਫਿਰਦਾ ਸ਼ੌਕ ਕਰਾਵਾਂ, ਅੱਲਾ ਮਾਫੀ ਦੇ ਸਾਨੂੰ ਕਰ। ਬਾਕੀ ਵਿਕੇ ਨਾ ਵਿਕੇ, ਕੋਈ ਪੈਸੇ ਭਰੇ ਨਾ ਭਰੇ, ਕੋਈ ਰੋਲਾ ਨਹੀਂ। ਇਹ ਲਓ ਭਾਅ ਜੀ, ਇਸ ਕਬੂਤਰੀ ਨਾਲ ਜੋੜਾ ਲੱਗਾ ਜੀ, ਉਹ ਲੱਗਾ ਲਗਾਇਆ ਜੋੜਾ ਜਨਾਬ। ਹੈਲੋ ਜੀ, ਚੈੱਕ ਕਰੋ ਜ਼ਰਾ ਮਾਸ਼ਾਅੱਲਾ ਕਬੂਤਰ ਦੀ, ਹਜੇ ਵੀ ਤੁਸੀਂ ਖਲੋਣੀ ਚੈੱਕ ਕਰੋ ਕਬੂਤਰ ਦੀ, ਦੇਖੋ ਕਸ ਇਸ ਕਬੂਤਰ ਦੀ ਮਾਸ਼ਾਅੱਲਾ। ਕਬੂਤਰੀ ਦੀ ਵੀ ਕੱਸਾਂ ਚੈੱਕ ਕਰੋ ਜ਼ਰਾ ਭਾਅ ਜੀ, ਬੜਾ ਮੇਨਟੇਨਡ ਜੋੜਾ ਜੀ, ਬਹੁਤ ਹੀ ਆਲਾ ਜੋੜਾ ਜੀ। ਉਹ ਵਾਰ ਵਾਰ ਕਹੀ ਜਾਂਦਾ ਜਿਹੜੇ ਭਰਾ ਦੀ ਸਮਝ 'ਚ ਆ ਗਿਆ ਨਾ ਇਹ ਜੋੜਾ, ਤਾਂ ਸਮਝ ਲਓ ਵੀ ਉਹ ਕਬੂਤਰਬਾਜ਼ੀ ਕਰ ਗਿਆ ਜੀ, ਉਹ ਕਬੂਤਰਬਾਜ਼ੀ। ਬਸ ਇਸ ਤੋਂ ਵੱਧ ਮੈਂ ਗੱਲ ਨਹੀਂ ਕਰਨੀ। ਹੁਣ ਮੈਂ ਤੁਹਾਨੂੰ ਹੋਰ ਕਬੂਤਰ ਦਿਖਾਉਂਦਾ ਜਨਾਬ, ਇਹਦੇ ਨਾਲ ਹੀ ਔਰ ਬੜਾ ਹੀ ਨਜਾਬ ਕਬੂਤਰ ਔਰ ਫੈਸਲਾਬਾਦੀ ਕਬੂਤਰ ਔਰ ਐਂਡ ਕਬੂਤਰ। ਭਾਈ ਜਾਣਾ ਕਬੂਤਰ ਦਾ ਸ਼ੌਕ ਕਰ ਲਿਓ ਭਾਅ ਜੀ, ਏਡਾ ਕੁ ਨਜਾਬ ਔਰ ਅੰਟੀਕ ਔਰ ਆਲਾ ਕਬੂਤਰ ਉਹਨਾਂ ਕੋਲ, ਤੁਹਾਡੀ ਸੋਚ ਆ ਜੀ ਕਬੂਤਰ ਦੇ ਬਾਰੇ 'ਚ। ਇਹ ਬਹੁਤ ਆਲਾ ਦੇਸੀ ਪੱਕੇ ਕਬੂਤਰ, ਫੈਸਲਾਬਾਦੀ ਕਬੂਤਰ, ਗਹਿਰੇ ਅਜਾਮ ਨੂੰ ਗਾਟੇ ਵਾਲਾ ਕਬੂਤਰ ਪਹਿਲੇ ਪਹਿਲੇ ਹੁੰਦੇ ਬੜੇ ਮਸ਼ਹੂਰ, ਕਾਲੇ ਪੱਤਰ ਵਾਲਾ ਕਬੂਤਰ ਹੀ ਭਾਈ ਜਾਣ। ਜਿਹੜੇ ਭਰਾ ਕੋ ਜਿਉਂ ਸ੍ਰੀ ਗੰਦੀ ਜੀ ਮਾਦੀ ਪਈ ਹੈ ਨਾ, ਔਰ ਉਹਨੂੰ ਮਾਣ ਹੋਵੇ ਕਿ ਇਹਦੇ ਵਿੱਚ ਬਲੱਡ ਅਤੇ ਇਹ ਕਬੂਤਰੀ ਕੰਮ ਕਰੇਗੀ, ਭਾਅ ਜੀ ਇਸ ਕਬੂਤਰ ਨਾਲ ਲਾ ਦਿਓ, ਟੈਡੀ ਮਾਦੀ ਲਾ ਦਿਓ, ਕਸੂਰੀ ਲਾ ਦਿਓ, ਜੇ ਬੱਚਾ ਨਾੜ ਆਵੇ ਭਾਅ ਜੀ ਕਬੂਤਰ ਮੇਰੇ ਆ ਕੇ ਘਰ ਵਾਪਸ ਕਰ ਜਾਈਏ ਜਨਾਬ। ਇਸ ਕਬੂਤਰ ਦੀ ਇਹ ਖੂਬੀ ਆ ਜੀ। ਬਸ ਜੀ, ਇਸ ਕਬੂਤਰ ਦਾ ਕਰਕੇ ਜਨਾਬ ਤੁਹਾਡੇ ਭਰਾ ਨੇ ਪੈਸੇ ਖਰਚੇ ਇੱਕ ਵਾਰੀ ਗੇਮ ਦੇ, ਔਰ 6-7 ਕਬੂਤਰ ਲਿਆਉਂਦੇ ਸੀਗੇ ਜਨਾਬ, ਸਿਰਫ ਇੱਕ ਕਬੂਤਰ ਦਾ ਕਰ ਗਏ। ਠੀਕ ਆ ਭਾਅ ਜੀ, ਇਹ ਕਬੂਤਰ ਬਹੁਤ ਹੀ, ਅੱਜ ਤੁਹਾਨੂੰ ਕਬੂਤਰ ਹੀ ਮੈਂ ਤੁਹਾਨੂੰ ਉਹ ਦਿਖਾਏ ਆ ਜਿਹੜੇ ਕਬੂਤਰਾਂ ਨੂੰ ਕਬੂਤਰ ਕਹਿੰਦਾ ਵਾਂ ਮੈਂ, ਮੇਰੇ ਜਿਹੜੇ ਕਬੂਤਰਾਂ 'ਚ ਮੋਸਟ ਫੇਵਰੇਟ ਕਬੂਤਰ ਆ, ਚੈੱਕ ਕਰ ਲਓ। ਇਹ ਵੀ ਕਬੂਤਰ ਨਾ ਛੱਡਿਓ ਅਗਰ ਕਿਸੇ ਭਰਾ ਦੀ ਸਮਝ 'ਚ ਆਇਆ ਜੀ। ਠੀਕ ਆ ਭਾਅ ਜੀ, ਇਹ ਚੈੱਕ ਕਰ ਲਓ। ਬਾਕੀ ਵੀਰ ਜੀ, ਇਹ ਪੰਜੇ ਹੀ ਹੋ ਮੇਰਾ ਭਰਾ, ਆਪਣੇ ਵਾਰੇ ਉਹਦੀ ਸ਼ੈ ਲੈਣੀ, ਆਪਣੀ ਸਮੇਂ ਨਾਲ ਸ਼ੈ ਲੈਣੀ ਆ, ਜਿਹਦੀ ਪਸੰਦ ਆਵੇ ਉਹ ਲਵੇ, ਜਿਹਨੂੰ ਨਾ ਪਸੰਦ ਆਵੇ ਉਹ ਭਾਈ ਜੀ ਟੂੰਡ ਨਾਲੀ ਮਾਰ ਜਾਵੇ ਜਨਾਬ, ਟੂੰਡ ਨਾਲੀ ਮਾਰ ਜਾਵੇ ਸਰਕਾਰ। ਚੈੱਕ ਕਰੋ ਕਬੂਤਰ, ਪੱਪਾਂ ਭਾਰ ਖਲੋਣ ਵਾਲੇ ਕਬੂਤਰ ਜਨਾਬ। ਚਲੋ ਆਪਾਂ ਬਹੁਤੇ ਕਬੂਤਰਾਂ ਵਾਲੇ ਪਾਸੇ ਜਾਂਦੇ ਨਹੀਂ ਨਾ, ਤਿੰਨਾਂ ਕਬੂਤਰਾਂ ਦੀ ਗੱਲ ਕਰੋ, ਜਿਹੜਾ ਕੋਈ ਭਰਾ ਪੈਸੇ ਮੈਨੂੰ ਦੇਵੇ ਮੇਰੇ ਤਿੰਨਾਂ ਕਬੂਤਰਾਂ ਦੇ, ਤਾਂ ਮੈਂ ਜਨਾਬ ਆ ਕਬੂਤਰ ਦੇ ਦੂੰ ਉਹਨਾਂ ਨੂੰ ਜਨਾਬ। ਇਹ ਨਾ ਦੇਣ ਵਾਲੇ ਕਬੂਤਰ ਆ, ਅਸਲੇ ਮੈਂ ਤਾਂ ਵੀਡੀਓ ਰੋਕ ਲਈ। ਇਹ ਚੈੱਕ ਕਰੋ ਜ਼ਰਾ, ਮੇਰਾ ਕਾਲੂ ਕਬੂਤਰ ਆਇਆ ਜੀ। ਭਾਈ ਜਾਣ ਰੋਜ਼ਾ ਵਾ, ਝੂਠ ਬੋਲਣਾ ਅਤੇ ਅੱਲਾ ਦੀ ਲੜਨ, ਸੁਬਹਾ ਦਾ ਅੜਾਇਆ ਵਾ, ਔਰ ਬਿਲਕੁਲ ਮੇਰਾ ਨਵਾਂ ਕਬੂਤਰ ਆ ਕਾਲੂ, ਜਿਹੜਾ ਮੈਂ ਲਾਇਆ ਵਾ। ਅੱਜ ਦੂਸਰੀ ਪਰਵਾਜ਼ ਆਈ ਦੀ, ਅੱਗੇ ਇੱਕ ਦਿਨ ਨੀਵਾਂ ਨੀਵਾਂ ਫਿਰ ਕੇ ਬੈਠਾ ਵਾ, ਅਤੇ ਅਗਲੇ ਦਿਨ ਮੈਂ ਉਡਾਇਆ ਵਾ, ਤਾਂ ਵਾਵਾ ਘੰਟਾ ਕੁ ਲਾ ਗਿਆ, 2 ਦਿਨ, ਅਤੇ ਤੀਸਰੇ ਦਿਨ ਹੈ ਕਬੂਤਰ ਦੀ ਸੁਬਹਾ ਦੀ ਪਹਿਲੀ ਪਰਵਾਜ਼ ਆ। ਇਹ ਚੈੱਕ ਕਰੋ ਮਾਸ਼ਾਅੱਲਾ, ਇਹ ਉੱਤੋਂ ਨਿਕਲਿਆ ਜੀ, ਇਹ ਲਓ ਇਹ ਕਾਲੂ ਕਬੂਤਰ। ਇਹਦੀ ਇੱਕ ਬਗਲ 'ਚੋਂ ਨਾ ਪਰ ਪੱਟੇ ਆ, ਯਾਨੀ ਕਿ ਪਟਾਈ ਅਸੀਂ ਜਦੋਂ ਦਿੱਤੀ ਹੈ ਨਾ ਮੁੰਡਿਆਂ ਨੇ ਰਲ ਕੇ, ਅਤੇ ਵਿੱਚੋਂ ਕਈ ਮੁੰਡਿਆਂ ਨੇ ਜਲਦੀ ਦੇ ਵਿੱਚ ਫਿਰ ਉਹ ਪਰ ਹੀ ਨਹੀਂ ਸੀ ਪੱਟੇ ਦਿੱਤੇ, ਮੈਂ ਪਰਸੋਂ ਪਰ ਪੱਟੇ ਆ ਜੀ, ਪਰਸੋਂ 2 ਪਰ ਇਹਦੇ ਬਾਹਰ ਨੇ, ਮੈਂ ਪਟਾਈ ਦਿੱਤੀ ਆ ਜੀ, ਯਾਨੀ ਕਿ ਕਬੂਤਰ ਸਰ ਹੋ ਗਿਆ ਸਾਰਾ। ਨਰ ਭਾਅ ਜੀ ਮੈਂ ਇਹਨੂੰ ਮਾਦੀ ਸਮੇਂ ਕੇ ਬੜੀ ਦੇਰ ਰੋਕੀ ਰੱਖਿਆ, ਲੇਕਿਨ ਕਾਲੂ ਨਰ ਨਿਕਲਿਆ ਜਨਾਬ। ਠੀਕ ਆ ਜੀ, ਮੈਂ ਇਹਨੂੰ ਜੋੜਿਆ ਨਹੀਂ ਰੱਖਿਆ ਸੀਗਾ, ਮੈਂ ਕਿਹਾ ਕਬੂਤਰ ਇਹ ਜੋੜੇ ਲਾਉਣੀ ਕਬੂਤਰੀ ਹੋਈ, ਲੇਕਿਨ ਇਹ ਨਰ ਨਿਕਲਿਆ, ਤਾਂ ਕਰਕੇ ਇਹਨੂੰ ਫਿਰ ਮੈਂ ਕਿਹਾ ਚੱਲ ਯਾਰ ਕੋਈ ਗੱਲ ਨਹੀਂ, ਤੂੰ ਪਰਵਾਜ਼ ਦਾ ਹੀ ਕੰਮ ਆ। ਇਹ ਮਾਸ਼ਾਅੱਲਾ ਉੱਡਣ ਦਿਆ ਜੀ, ਇਹ ਬਹਿੰਦਾ ਤਾਂ ਤੁਹਾਨੂੰ ਮੈਂ ਸ਼ੌਕ ਵੀ ਕਰਾਉਂਦਾ ਵਾਂ, ਨਾਲੇ ਮੈਂ ਤੁਹਾਨੂੰ ਦਿਖਾਉਂਦਾ ਕਿ ਉੱਡਦੇ ਕਿੱਦਾਂ ਦੇ ਕਬੂਤਰ ਆ। ਆਹ ਬਲੱਡਾਂ ਬਲੁੱਡਾਂ ਵਾਲੇ ਤਾਂ ਮੈਨੂੰ ਲੱਗਦੇ ਟੋਪੀ ਡਰਾਮੇ ਹੀ ਆ, ਪਰ ਜੀ ਹੋਣੇ ਚਾਹੀਦੇ ਆ, ਹੱਡੀ ਇੱਦਾਂ ਹੋਣੀ ਚਾਹੀਦੀ ਆ, ਇਹਦਾ ਨਾ ਪਾਰੀ ਨਾ ਹੱਡੀ ਹੋ ਨਾ ਕੋਈ ਸ਼ੈ ਹੀ ਹੋ, ਮੈਂ ਤੁਹਾਨੂੰ ਬਹਿਰਾਂ ਤੋਂ ਮੈਂ ਤੁਹਾਨੂੰ ਦਿਖਾਉਂਦਾ ਉੱਤੇ ਜਾ ਰਿਹਾ ਨਾ ਮੈਂ। ਯਕੀਨ ਕਰੋ, ਇੱਕ ਕਬੂਤਰੀ ਹੋਰ ਕੱਲ੍ਹ 5:30 ਬੈਠੀ ਆ, ਉਹਦੀ ਵੀ ਇਹੀ ਸੂਰਤ ਹਾਲ ਸੀ, ਨਾ ਹੱਡੀ ਨਾ ਪਾਰ ਨਾ ਕੁੰਦਾ ਨਾ ਜੋੜ, ਔਰ ਉਹ ਵੀ ਕਬੂਤਰੀ ਮੇਰੀ ਮਾਸ਼ਾਅੱਲਾ ਸ਼ਾਮ ਨੂੰ ਬੈਠੀ, ਔਰ ਇਹ ਕਬੂਤਰ ਅੱਜ 3:00 ਹੁਣ ਅੱਜ ਪਹਿਲੀ ਫੜ ਕੇ 3:00 ਬਹਿ ਗਿਆ ਜੀ, ਇਹ ਆ ਰਿਹਾ, ਇਹ ਆ ਮਾਸ਼ਾਅੱਲਾ, ਮੂੰਹ ਕਾਲਾ ਕਰਾ ਕੇ ਕਾਲੂ ਆ ਗਿਆ ਜੀ ਆਪਣਾ ਸਾਕੀ ਬਾਈ ਦਾ। ਦੇਖੋ ਪਰ ਘੱਟ ਘੱਟ ਉੱਪਰ ਨਜ਼ਰ ਆ ਦੇ, ਦੇਖ ਲਓ ਉਹਨੇ ਗਿੱਧਾ ਵੀ ਨਹੀਂ ਪਾਇਆ ਹੈਗਾ, ਮੈਂ ਸਵੇਰ ਦਾ ਗਵਾਈ ਬੈਠਾ, ਮੈਂ ਕਿਹਾ ਆਉਣਾ ਹੀ ਨਹੀਂ ਕੋਈ ਗਵਾਚ ਗਿਆ, ਮੈਂ ਕਬੂਤਰ ਡੱਕਣ ਲੱਗਾ ਸੀਗਾ, ਮੈਂ ਆਪਣੇ ਨਾਲ ਕਬੂਤਰ ਡੱਕਣ ਲੱਗਾ ਸੀ। ਲਓ ਭਾਈ ਜਾਣ ਕਾਲੂ ਆ ਕੇ ਬਹਿ ਗਿਆ ਜੀ, ਠੀਕ ਹੈ ਵੀਰ ਜੀ, ਇਨਸ਼ਾਅੱਲਾ ਕਾਲੂ ਨਜ਼ਾਰੇ ਵੀ ਕਰਾਏਗਾ, ਮਜ਼ੇ ਵੀ ਕਰਾਏਗਾ। ਕਬੂਤਰੀ ਵੀ ਉੱਤੇ ਚੜ੍ਹ ਕੇ ਬਹਿ ਗਈ ਬਾਂਦਰੀ ਜਿਹੀ, ਹੁਣ ਕਬੂਤਰ ਆ ਖੜਕਣ ਲੱਗਾ ਜੀ, ਇਹ ਚੈੱਕ ਕਰੋ ਜ਼ਰਾ, ਜਾਲ ਭਰਿਆ ਨਾ ਮਾਸ਼ਾਅੱਲਾ, ਕਬੂਤਰ ਆ ਜਿਹੜਾ ਆਏ ਸੀ ਸਾਰੇ ਖੁਰਕਣ ਲੱਗਾ, ਇਹਨੂੰ ਖੁਰਕ ਲੈਣ ਦੋ, ਨਾ ਕਬੂਤਰ ਹੀ ਸਾਰੇ ਉਹਦੇ ਦੁਆਲੇ ਹੋ ਗਏ, ਉਹ ਗਰੀਬ ਦੇ, ਉਹ ਚੱਕਰ ਉੱਡ ਗਿਆ ਕੇ ਬੈਠਾ ਵਾ, ਉਹਨਾਂ ਨੇ ਕਿਹਾ ਮਾਦੀ ਆ ਦੁਆਲੇ ਹੋ ਗਏ ਸਾਰੇ, ਆ ਚੱਕਰ ਹੁਣ ਉਤਰਿਆ ਗਿਆ ਥੱਲੇ, ਇਹ ਲੱਗਾ ਉਤਰਨ ਲੱਗਾ ਉਤਰ, ਅੱਲਾ ਖੈਰ ਕਰੇ, ਉਤਰੇ 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 ਉਤਰਿਆ ਉਤਰਿਆ, ਫਿਰ ਤੈਨੂੰ ਜ਼ਰਾ ਮਾਹੌਲ ਦਿਖਾਵਾਂ ਦੋਸਤਾਂ ਨੂੰ ਕਿ ਕਿੱਦਾਂ ਦੇ ਕਬੂਤਰ ਉੱਡਦੇ ਨੇ, ਕਿਨਕੇ ਵਜੂਦ ਆ ਇਹਨਾਂ ਦੇ, ਔਰ ਮਾਸ਼ਾਅੱਲਾ ਬੜੀ ਅੱਛੀ ਪਰਵਾਜ਼ ਕਰਦੇ। ਬੱਦਲ ਵੀ ਅੱਜ ਇੱਕੋ ਦਮ ਹੋ ਗਏ, ਸੁਬਹਾ ਧੁੱਪ ਸੀਗੀ, ਇੱਕੋ ਦਮ ਹੀ ਬੱਦਲ ਪਏ, ਇੱਲਾਂ ਦੇ ਵਿੱਚ ਰਿਹਾ ਸਾਰੀ ਦਿਹਾੜੀ, ਜੇ ਇੰਨੀਆਂ ਇੱਲਾਂ ਦੇ ਵਿੱਚ ਹੀ ਰਿਹਾ ਸਾਰੀ ਦਿਹਾੜੀ। ਲਓ ਜੀ, ਧੋਣਾ ਚੁੱਕ ਲਈਆਂ ਕਬੂਤਰਾਂ ਨੇ, ਮੈਨੂੰ ਲੱਗਦਾ ਇੱਧਰੋਂ ਕਿਤੇ ਇੱਲ ਆ ਗਈ ਆ, ਠੀਕ ਆ ਜੀ, ਉਹ ਕਾਂ ਬੈਠਾ ਹੀ ਬਗੈਰ ਉਹ ਜਾ। ਲਓ ਜੀ, 2:15 ਦਾ ਟਾਈਮ ਹੋ ਗਿਆ ਵਾ ਚੌਰੀ ਸਾਹਿਬ, ਇਹ ਕਬੂਤਰਬਾਜ਼ੀ ਹੋ ਰਹੀ ਜਨਾਬ, ਇਹ ਦੇਖੋ, ਠੀਕ ਹੈ ਜੀ, ਇਹ ਕਬੂਤਰਬਾਜ਼ੀ ਕਰ ਰਹੇ ਹੁਣ ਫੁੱਲ ਭਾਰਾ ਦੇ ਨਾਲ ਜਨਾਬ, ਅਸੀਂ ਬੈਠੇ ਰੋਜ਼ੇ ਰੱਖ ਕੇ ਆਰਾਮ ਨਾਲ ਧੁੱਪੇ, ਉਹ ਆਪਣਾ ਕਾਲੂ ਵੀ ਉੱਤੋਂ ਨਿਕਲਿਆ ਮਾਸ਼ਾਅੱਲਾ। ਆਹ ਕਿਆ ਬਾਤ ਹੈ ਕਾਲੂ ਤੇਰੀ, ਕਿਆ ਬਾਤ ਹੈ ਕਾਲੂ, ਤੇਰੀਆਂ ਰੀਸਾਂ ਹੀ ਕੋਈ ਨਹੀਂ ਕਾਲੂ,
ਬੱਚਾ ਇਹਨੂੰ ਗਿਆ ਸੀਗਾ ਆ ਫਿਰਦਾ ਹੀ। ਵਾਹ ਬਈ ਵਾਹ ਬੱਚਿਆ ਤੇਰੀ ਗੱਲ ਹੀ ਕਿਆ ਹੈ। ਆਹ ਦੇਖ ਲਓ ਸਾਡੇ ਲੰਗੜੇ ਕਾਣੇ ਪੀਲੇ ਕਬੂਤਰ ਉੜਾਉਂਦੇ ਜਨਾਬ, ਇਹ ਇੱਦਾਂ ਫਿਰਦਾ ਹੀ ਆ। ਠੀਕ ਹੈ ਜੀ, ਇਹ ਲਓ ਜੀ ਇਹ ਚੁਰ ਸਾਹਿਬ ਆਏ ਆ। ਲਓ ਜੀ ਉਹ ਬਾਬਾ ਜੀ ਲੱਗੇ ਬਹਿਣ ਜਨਾਬ, ਬੱਚੇ ਨੇ ਵੀ ਨਾਲ ਹੀ ਬਿਠਾ ਲਿਆ ਸੋਹਣੇ ਆ। ਇਹ ਅੱਗੇ ਥੱਲੇ ਹੀ ਬਹਿੰਦਾ ਹੁੰਦਾ ਸੀ, ਕਬੂਤਰੀ ਉੱਤੇ ਬਹਿਣ ਲੱਗ ਪਈ ਅਤੇ ਕਬੂਤਰੀ ਨਾਲ ਲੈ ਕੇ ਉਹਨੂੰ ਵੀ ਬਹਿਣ ਲੱਗ ਪਈ ਉੱਪਰ। ਮਾਹੌਲ ਤਾਂ ਬੜਾ ਸੀਗਾ ਇਹਦਾ, ਥੱਲੇ ਬਹਿਣ ਦਾ ਫਿਰ ਫਾਇਦਾ ਕਬੂਤਰ ਸਾਹਮਣੇ ਸੌਖੇ ਹੋ ਜਾਂਦੇ ਭਾਅ ਜੀ, ਇੱਥੋਂ ਆਰਾਮ ਨਾਲ ਲਿਸੇ ਹੁੰਦੇ ਥੱਲੇ। ਇਹ ਲਓ ਜੀ ਹੁਣ ਇਹ ਬਹਿੰਦੇ ਬਹਿੰਦੇ ਨੇ, ਲਾ ਤਾ ਵਾਹਵਾ ਟਾਈਮ, ਦਿਲ ਨਹੀਂ ਕਰਦਾ ਲੱਗਦਾ ਇਹਦਾ ਬਹਿਣ ਨੂੰ, ਅਤੇ ਜਦੋਂ ਉਡਾਉਣਾ ਉਦੋਂ ਇਹਨਾਂ ਨੇ ਉੱਡਣਾ ਕੋਈ ਨਹੀਂ ਗਾ। ਉਹ ਬੱਚਾ ਵੀ ਨਾਲ ਹੀ ਬਹਿ ਜਾਵੇ, ਇਹਦੇ ਵਿੱਚ ਸਾਇਆ ਨਹੀਂ ਹੈ ਜਨਾਬ। ਠੀਕ ਹੈ ਨਾ, ਬੰਨੇ ਬੰਨੇ ਹੁਣ ਪਾਰ ਬੰਨੇ ਆਇਆ ਆਇਆ ਐਂ ਦੇਖਿਆ ਭਾਅ ਜੀ। ਮੈਨੂੰ ਨਹੀਂ ਹਜੇ ਤੱਕ ਕਬੂਤਰਬਾਜ਼ੀ ਦੀ ਸਮੇਂ ਲੱਗੀ, ਮੈਨੂੰ ਇੰਨੀ ਦੇਰ ਹੋ ਗਈ ਆ ਜੀ, ਮੈਂ ਗੱਲਾਂ ਸੁਣ ਸੁਣ ਕੇ ਨਾ ਨੈੱਟ 'ਤੇ ਯੂਟਿਊਬ 'ਤੇ ਫੇਸਬੁੱਕ 'ਤੇ ਮੈਂ ਅੱਕ ਗਿਆ। ਫਲਾਣੇ ਉਸਤਾਦ ਨੇ ਕਹਿਤਾ ਜੀ ਬਲੱਡ ਉੱਡਦਾ, ਫਲਾਣੇ ਉਸਤਾਦ ਨੇ ਕਹਿਤਾ ਜੀ ਕਬੂਤਰਾਂ 'ਚ ਹੱਡੀ ਉੱਡਦੀ, ਹੱਡੀ ਜੋੜ ਪੂਰਾ ਹੋਣਾ ਚਾਹੀਦਾ। ਫਲਾਣੇ ਨੇ ਕਹਿਤਾ ਕਬੂਤਰ ਦਾ ਵਜੂਦ ਪੂਰਾ ਹੋਣਾ ਚਾਹੀਦਾ। ਢਿਮਕਣੇ ਨੇ ਕਹਿਤਾ ਕਬੂਤਰਾਂ 'ਚ ਭਾਰ ਪੂਰੇ ਹੋਣੇ ਚਾਹੀਦੇ। ਅਨਗੀ ਜੀ ਮਾਦੀ ਆ, ਆਹ ਪਿਛਲੇ ਜੇਠ ਤੋਂ ਪਹਿਲੇ ਜਿਹੜਾ ਵਿਸਾਖ ਸੀਗਾ ਉਹਦੇ ਵਿੱਚ ਵੀ ਮੇਕੋ ਉੱਡਦੀ ਰਹੀ ਆ, ਜੇਠ ਦੇ ਵਿੱਚ ਵੀ ਮੜਾਈ, ਲੇਕਿਨ ਮੈਂ ਬਾਜ਼ੀਆਂ ਨਹੀਂ ਛੇੜੇ। ਅਨਗੀ ਜੀ ਮਾਦੀ ਆ ਜੀ, ਹੁਣ ਇਹਦੇ ਵਿੱਚ ਦੇਖਿਓ, ਮੈਨੂੰ ਨਹੀਂ ਪਤਾ ਇਹਦੇ 'ਚ ਬਲੱਡ ਵਾ, ਇਹਦੇ 'ਚ ਕੀ ਕੂਲੀ ਖੂਬੀ ਆ। ਇਹ ਕਬੂਤਰੀ ਆ ਜੀ, ਇਹ ਕਬੂਤਰੀ ਜਨਾਬ ਇਹ 200-250 ਰੁਪਈਏ ਦੀ ਕਬੂਤਰੀ ਮੈਂ ਲੈ ਕੇ ਆਉਂਦੀ ਸੀ ਦੜਬੀ ਦੇ ਵਿੱਚੋਂ, ਇਹਦੀ ਵੀਡੀਓ ਵੀ ਅਪਲੋਡ ਆ ਜਦੋਂ ਮੈਂ ਲੈ ਕੇ ਆਉਂਦੀ ਸੀਗੀ। ਹੁਣ ਇਸ ਕਬੂਤਰੀ ਦਾ ਮੈਨੂੰ ਨਹੀਂ ਪਤਾ ਜੇ ਬਲੱਡ ਵਾ ਕੀ ਆ। ਮੈਲੀ ਕਚਾਰੀ ਜੀ ਕਬੂਤਰੀ, ਇਹ ਚੈੱਕ ਕਰੋ ਨਿੱਘੇ ਨਿੱਘੇ ਪਰ, ਪਰ ਵੀ ਨਿੱਘੇ ਏਡੇ। ਇਹ ਪਰ ਵਾ ਜਨਾਬ, ਇਹ ਦੇਖ ਲਓ, ਆਹ ਦੇਖ ਲਓ ਨਾ ਇਹਦੀ ਹੱਡੀ ਮੈਂ ਤੁਹਾਨੂੰ ਦਿਖਾਉਂਦਾ। ਇਹ ਪਰ ਵਾ ਜੀ, ਨਿੱਘਾ ਜਿਹਾ ਵਜੂਦ ਦੀ ਮਾਦੀ ਆ, ਛੋਟੀ ਜਿਹੀ, ਔਰ ਯਕੀਨ ਕਰੋ ਆਹ ਤਿੰਨਾਂ ਉਂਗਲਾਂ ਦੀ ਹੱਡੀ ਆ ਜੀ, ਆਹ ਤਿੰਨ ਉਂਗਲਾਂ ਦੀ ਹੱਡੀ ਆ ਤਾਂ ਆਹ ਨਾਲ ਹੀ ਤੈੜ ਬੰਦ ਜੋੜ ਆ ਜੀ। ਹੁਣ ਆਹ ਛੋਟੀ ਜਿਹੀ ਮਾਦੀ ਭਾਈ ਜਾਣ, ਔਰ ਯਕੀਨ ਕਰੋ ਇਹ ਪਿਛਲੇ ਸਾਲ ਮੇਰੇ ਕੋਲ ਤਕਰੀਬਨ ਨੇਰ ਤੂਫਾਨ 'ਚ ਵੀ ਆ ਕੇ ਬੈਠੀ, ਬਾਜ਼ੀਆਂ ਵੀ ਸਾਰੀਆਂ ਉੜੀ। ਹੁਣ ਇਹ ਮੈਨੂੰ ਵਜੂਦ ਦੇ ਇਹਦੀ ਸਮਝ ਨਹੀਂ ਲੱਗੀ ਵੀ ਕਬੂਤਰਬਾਜ਼ੀ ਦਾ ਟੋਪੀ ਡਰਾਮਾ ਕੀ ਆ, ਕਬੂਤਰਬਾਜ਼ੀ ਦਾ ਟੋਪੀ ਡਰਾਮਾ ਕੀ ਆ। ਭਰਾ ਜੀ ਮੈਂ ਇਸ ਨਤੀਜੇ ਤੱਕ ਪਹੁੰਚਿਆ, ਸੋਟਾ ਫੜ ਲਓ, ਦਿਵਾਲੇ ਹੋ ਜਾਓ, ਜਿਹੜਾ ਉੜਿਆ ਉਹ ਬਾਦਸ਼ਾਹ ਜੀ। ਬਾਕੀ ਇਹ ਜਿਹੜੇ ਵਜੂਦਾਂ ਵਾਲੇ ਕਬੂਤਰ ਆ ਫਿਰਦੇ ਆ ਜੀ, 2-3 ਘੰਟੇ ਕਬੂਤਰ ਲਾਉਂਦੇ। ਹੁਣ ਉਹ ਕਬੂਤਰ ਕਾਲਾ ਮੇਰਾ ਆਉਂਦਾ ਹੋਣਾ, ਮੈਂ ਤੁਹਾਨੂੰ ਬਹਿੰਦਾ ਵਾ ਤਾਂ ਮੈਂ ਤੁਹਾਨੂੰ ਦਿਖਾਉਂਦਾ ਇੱਥੋਂ ਕਿੰਨੀ ਵਾਰੀ ਮੁੜ ਕੇ ਗਿਆ ਵਾ ਜੀ, ਉਹ ਕਬੂਤਰ ਤੋਂ ਨਿਕਲ ਕੇ ਆਇਆ ਵਾ, ਤੁਹਾਨੂੰ ਮੈਂ ਉਹਦਾ ਵੀ ਸ਼ੌਕ ਕਰਾਉਂ। ਦੇਖਿਓ ਐਡਾ ਕੁ ਕਬੂਤਰ ਆ, ਐਡਾ ਕੁ ਕਬੂਤਰ ਆ। ਆ ਮੇਰੇ 2-3 ਕਬੂਤਰ ਉੱਤੇ ਬੈਠੇ ਆ, ਉਹ ਵੀ ਐਡੇ ਕਬੂਤਰ ਆ ਯਾਰ। ਉਹ ਕਬੂਤਰ ਇੰਨਾ ਉੱਡਦੇ ਆ ਯਾਰ, ਅਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕਬੂਤਰਾਂ ਦੇ, ਨਾ ਪਾਰਾਂ ਨਾ ਬਲੱਡ, ਅੱਲਾ ਜਾਣਦਾ ਫਿਰ ਬਲੱਡ ਹੋਊਗਾ ਕੋਈ ਜਨਾਬ। ਹੁਣ ਉਹ ਬਲੱਡ ਮੇਰਾ ਤਾਂ ਨਹੀਂ ਹੈਗਾ ਕੋਈ ਘਰ ਦਾ ਵੀ ਜਿਹੜਾ ਮੈਂ ਕਹਾਂ ਵੀ ਮੇਰੇ ਕਬੂਤਰ ਸ਼ਾਮ ਤੱਕ ਉੜੇ ਆ। ਹੁਣ ਇਹ ਟੋਪੀ ਡਰਾਮੀਆਂ ਦੀ ਸਮਝ ਨਹੀਂ ਆਉਂਦੀ ਕਬੂਤਰ ਨੂੰ ਕਿਹਨੂੰ ਚੰਗਾ ਕੀ ਹੈ ਕਿਹਨੂੰ ਮਾੜਾ ਕੀ ਹੈ, ਮੈਨੂੰ ਹਜੇ ਤੱਕ ਸਮਝ ਨਹੀਂ ਲੱਗੀ। ਮੈਨੂੰ ਤਾਂ ਇਹ ਸਮਝ ਲੱਗੀ ਜਿਹੜਾ ਸੋਟੀ ਮਾਰ ਕੇ ਉੜਦੇ ਆ ਉਹ ਚੰਗੇ ਆ, ਜਿਹੜੇ ਨਹੀਂ ਉੜਦੇ ਉਹ ਮਾੜੇ ਆ ਜੀ। ਆਲਮ ਦਾ ਕਬੂਤਰ ਨਹੀਂ, ਮੈਂ ਤੁਹਾਨੂੰ ਉਹਦਾ ਵੀ ਸ਼ੌਕ ਕਰਾਂ ਤਾਂ ਤੁਹਾਨੂੰ ਮੈਂ ਕਬੂਤਰ ਮੈਂ ਦੱਸਦਾ ਅਤੇ ਬੜੇ ਸਾਰੇ ਕਬੂਤਰ ਗਵਾਏ ਜਨਾਬ, ਅੜਾਏ ਗਜਾਏ, ਅਤੇ ਬੜਾ ਮਜ਼ਾ ਆਇਆ ਜਨਾਬ ਅੱਜ ਕਬੂਤਰਬਾਜ਼ੀ ਦਾ। ਹੁਣ ਆਹ ਦੇਖੋ ਇਹ ਕਬੂਤਰ ਆ ਜੀ ਕਾਲਖਾ, ਮੈਂ ਤੁਹਾਨੂੰ ਸ਼ੌਕ ਕਰਾਉਂਦਾ ਜੀ ਕਾਲਖੇ ਕਬੂਤਰ ਦਾ। ਭਾਅ ਜੀ ਮੈਨੂੰ ਕਾਲੀਆਂ ਅੱਖਾਂ ਦੇ ਕਬੂਤਰ ਬਿਲਕੁਲ ਪਸੰਦ ਨਹੀਂ ਸੀਗੇ। ਇਹਦੀ ਅੱਖ 'ਚ ਹੈ ਨਾ ਇੱਕ ਪਾਸੋਂ ਮਾੜੀ ਜਿਹੀ ਚਟਿਆਈ ਆਉਣ ਦਈ ਆ ਜੀ, ਇਹ ਕ੍ਰਾਸ ਦਾ ਕਬੂਤਰ ਆ। ਹੁਣ ਆਹ ਕਬੂਤਰ ਦੇਖ ਲਓ ਜੀ ਭਾਅ ਜੀ, ਇਹ ਕਬੂਤਰ ਦੇ ਪਰ ਮੈਨੂੰ ਪਸੰਦ ਆਏ। ਇਹ ਕਬੂਤਰ ਬੜਾ ਉੱਡਣ ਦਿਆ ਇਸ ਟਾਈਮ, ਖੜ੍ਹੇ ਜਾਲ 'ਤੇ ਖੜ੍ਹੀ, ਲੋਕ ਢਾਂਗੀਆਂ ਕਹਿੰਦੇ ਕਿ ਅਸੀਂ ਖੜ੍ਹੇ ਜਾਲ 'ਤੇ ਕਹਿੰਦੇ ਆ, ਕਬੂਤਰ ਬੜਾ ਟਾਈਮ ਕਰਨ ਦਿਆ ਮਾਸ਼ਾਅੱਲਾ। ਠੀਕ ਆ ਜੀ, ਹੁਣ ਇਹ ਚੀਜ਼ਾਂ ਬਾਕੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਇਨਸ਼ਾਅੱਲਾ ਮਜ਼ਾ ਆਏਗਾ ਤੁਹਾਨੂੰ ਅੱਜ ਦੀ ਵੀਡੀਓ ਦਾ। ਕਬੂਤਰ ਜ਼ਰਾ ਉੱਡਦੇ ਆ ਨਾ ਫਿਰ ਤੁਹਾਨੂੰ